ਅਸਲਾਮੁ ਅਲੈਕੁਮ ਵੀਰੋ, ਕੀ ਹਾਲ ਚਾਲ ਹੈ? ਅੱਜ ਦੀ ਵੀਡੀਓ ਦੇ ਵਿੱਚ ਅਸੀਂ ਅਰਦਾਸ ਦੀ ਤਾਕਤ ਦੇ ਬਾਰੇ ਜਾਣਾਂਗੇ ਕਿ ਅਰਦਾਸ ਅਗਰ ਸੱਚੇ ਦਿਲ ਨਾਲ ਕੀਤੀ ਜਾਵੇ ਤਾਂ ਅਰਦਾਸ ਕੀ ਕੁਛ ਕਰ ਸਕਦੀ ਹੈ। ਸੰਤ ਮਸਕੀਨ ਜੀ ਸਿੱਖਾਂ ਦੇ ਬੜੇ ਵੱਡੇ ਵਿਦਵਾਨ ਹੈ। ਇੱਕ ਦਫਾ ਉਹ ਇੱਕ ਮੁਸੀਬਤ ਦੇ ਵਿੱਚ ਫਸ ਗਏ ਅਤੇ ਉੱਥੇ ਉਹਨਾਂ ਨੇ ਅੱਲਾਹ ਪਾਕ ਦੀ ਜ਼ਾਤ ਅੱਗੇ ਸੱਚੀ ਅਰਦਾਸ ਕੀਤੀ ਅਤੇ ਫਿਰ ਕਿਸ ਤਰ੍ਹਾਂ ਉਹ ਮੁਸੀਬਤ 'ਚੋਂ ਬਾਹਰ ਨਿਕਲੇ, ਇਹ ਸਾਰਾ ਕੁਛ ਅਸੀਂ ਅੱਜ ਦੀ ਕਥਾ ਵਿੱਚ ਸੁਣਾਂਗੇ। ਸੋ ਚੱਲ ਕੇ ਵੀਡੀਓ ਦੇਖਦੇ ਹਾਂ ਅਤੇ ਇਸ ਦੇ ਬਾਰੇ ਜਾਣਦੇ ਹਾਂ। ਇਸੇ ਤਰ੍ਹਾਂ ਲੜੀ ਬੰਗਲਾ ਸਾਹਿਬ ਵੀ ਚੱਲਦੀ, ਉਹ 15 ਦਿਨ ਪਿੱਛੇ ਸੀ, ਇਸ ਵਾਸਤੇ 15-20 ਦਿਨ ਬਾਅਦ ਵਿੱਚ ਪਹੁੰਚ ਪਿਆ। ਜਦੋਂ ਲੜੀਵਾਰ ਕਥਾ ਦੇ ਸੁਖਮਨੀ ਸਾਹਿਬ ਚੱਲ ਰਹੀ ਸੀ ਉਦੋਂ ਦਾਸ ਨੇ ਕਿਧਰੇ ਦੋ ਪੰਕਤੀਆਂ ਦਿੱਤੇ, 15-20 ਦਿਨ ਲਾ ਦਿੱਤੇ। ਉਂਝ ਮੈਂ ਇੱਕ ਅਸ਼ਟਪਦੀ ਇੱਕ ਟਾਈਮ ਵਿੱਚ ਰੋਜ਼ ਕਰ ਦਿੰਦਾ ਸੀ, ਪਰ ਦੋ ਪੰਕਤੀਆਂ ਨੇ ਐਸਾ ਮੈਨੂੰ ਰੋਕਿਆ, ਮੈਂ 15 ਦਿਨ ਅੱਗੇ ਨਹੀਂ ਜਾ ਸਕਿਆ। ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਹੀ ਸੀ ਹੁਕਮ। ਅਦਕੀ ਇਹ ਪਿਛਲੇ ਸਾਲ ਦੀ ਗੱਲ ਹੈ, ਬੰਗਲਾ ਸਾਹਿਬ ਤੋਂ ਕਥਾ ਕਰਕੇ ਜਿਉਂ ਮੈਂ ਆ ਰਿਹਾ, ਸੀੜੀਆਂ ਤੋਂ ਉਤਰ ਰਿਹਾ, ਇੱਕ ਬੜਾ ਹੀ ਚੋਟੀ ਦਾ ਲਿਖਾਰੀ ਹੈ ਨਾਮਵਰ, ਜਿਹਦੇ ਲੇਖ ਹਿੰਦੀ ਦੇ ਚੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ, ਬੜਾ ਮੰਨਿਆ ਮੰਨਿਆ ਪ੍ਰਤਿਸ਼ਠਿਤ ਬੰਦਾ, 5-7 ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਅਤੇ ਕਹਿਣ ਲੱਗੇ, ਗਿਆਨੀ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਥਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਅਤੇ ਉਹ ਟੇਪ ਵੀ ਕੀਤੀ ਸੀ। ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤੁਸੀਂ ਇਹ ਆਖਿਆ ਸੀ ਔਰ ਸਾਨੂੰ ਚੰਗਾ ਲੱਗਿਆ ਸੀ, ਹੁਕਮ ਦੀ ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ 'ਚ ਆਈ। ਪਰ ਹੁਣ 84 ਵਿੱਚ ਔਰ 83-84 ਦੋ ਸਾਲਾਂ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਭਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ, ਜੋ ਹੋਇਆ ਇਹ ਗਲਤ ਹੋਇਆ। ਔਰ ਇਸ ਕਹਿਣੇ ਨਾਲ ਤੁਹਾਨੂੰ ਸਜ਼ਾ ਵੀ ਮਿਲੀ, ਤੁਹਾਡੇ 'ਤੇ ਕੇਸ ਵੀ ਬਣਿਆ। ਕਹਿੰਦੇ ਇਹ ਦੋਰੰਗੀ ਸਾਡੀ ਸਮਝ 'ਚ ਨਹੀਂ ਆਈ ਤੁਹਾਡੀ। ਉਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਹੋ ਵਤਸੋ ਜਾਣੇ, ਜੋ ਹੋ ਗਿਆ ਹੋਣਾ ਹੀ ਸੀ। ਫਿਰ ਸਾਰ ਵੱਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਗਲਤ ਹੋਇਆ, ਇਹ ਸਹੀ ਨਹੀਂ ਹੋਇਆ। ਮੈਨੂੰ ਕਹਿਣ ਲੱਗੇ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਜਾਂ ਇਹ ਠੀਕ ਹੈ, ਪਹਿਲੇ ਇਹ ਫੈਸਲਾ ਕਰਕੇ ਸਾਨੂੰ ਦੱਸ ਦਿਓ, ਅਸੀਂ ਉਹ ਮੰਨ ਲਈਏ। ਯਕੀਨ ਜਾਣੋ ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਚੋਟੀ ਦੇ ਸਿਆਣੇ ਮਨੁੱਖਾਂ 'ਚ ਮੈਂ ਘਿਰ ਗਿਆ ਅਤੇ ਮੇਰੇ ਕੋਲ ਕੋਈ ਜਵਾਬ ਨਹੀਂ। ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ, ਸਹੀ ਨਹੀਂ ਹੋਇਆ। ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ, ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ ਕਿ ਜੋ ਹੋਆ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਤੇ ਹੋਣਾ ਹੀ ਸੀ, ਹੁਕਮ ਹੈ। ਤੇ ਜੋ ਹੁਕਮ ਨੂੰ ਸਮਝ ਲੈਂਦਾ ਹੈ, ਪਰਮਾਤਮਾ ਨੂੰ ਸਮਝ ਲੈਂਦਾ ਹੈ, ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਣ। ਉਸਨੇ ਪਰਮਾਤਮਾ ਦਾ ਭੇਦ ਜਾਣ ਲਿਆ, ਉਹਦੇ ਰਾਜ ਨੂੰ ਸਮਝ ਗਿਆ, ਜਿਸਨੇ ਹੁਕਮ ਨੂੰ ਸਮਝ ਲਿਆ ਤੇ ਹੁਕਮ ਨੂੰ ਮੰਨ ਲਿਆ।
ਉਹਨਾਂ ਦੇ ਹੱਥ ਵਿੱਚ ਕਾਗਜ਼ ਵੀ ਸਨ, ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ੍ਹ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ ਤੇ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ ਅਸੀਂ ਕੋਈ ਲੰਬੀ ਚੌੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ, ਇੰਨੀ ਉਹ ਜੋ 15 ਦਿਨ ਤੁਸੀਂ ਕਥਾ ਕੀਤੀ ਸੀ ਉਹ ਠੀਕ ਹੈ ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ, ਬਸ ਇੰਨੇ ਅਸੀਂ ਜਾਣਨਾ ਚਾਹੁੰਦੇ ਹਾਂ, ਹੋਰ ਕੁਛ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ। ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ, ਜੋ ਹੋ ਗਿਆ ਇਹ ਹੋਣਾ ਹੀ ਸੀ, ਹੁਕਮ ਹੈ, ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਇਹ ਗਲਤ ਹੋਇਆ, ਇਹ ਸਹੀ ਨਹੀਂ ਹੋਇਆ। ਕਹਿੰਦੇ ਤੁਸੀਂ ਉਹੀ ਹੋ, ਜ਼ਬਾਨ ਤੁਹਾਡੀ ਉਹੀ ਹੈ, ਪਰ ਬੋਲ ਇੱਕ ਨਹੀਂ ਨੇ। ਤੁਸੀਂ ਦੱਸੋ ਉਹ ਠੀਕ ਸੀ ਜਾਂ ਇਹ? ਆਖਿਰ ਦੋਵਾਂ ਚ ਕੋਈ ਇੱਕ ਠੀਕ ਹੋ ਸਕਦਾ ਹੈ? ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ, ਦੋਹਾਂ ਦਾ ਆਪਸ ਦੇ ਸੰਗਮ ਨਹੀਂ ਹੈ। ਸ਼ਾਇਦ ਉਸੇ ਦਿਨ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ, ਤਾਂ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ। ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੇ ਗੁਰੂ ਹਰਕ੍ਰਿਸ਼ਨ ਜੀ, ਤੇਰੀ ਚੌਖਟ ਤੇ ਮੈਂ ਖੜਿਆ ਤੇ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲਏ ਸਨ। ਇਹ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ, ਆਪਣੇ ਕੋਲ ਜਵਾਬ ਨਹੀਂ ਬਣਦਾ। ਤੇ ਜੇ ਜਵਾਬ ਨਾ ਬਣਿਆ ਤੂੰ ਪਾਤਸ਼ਾਹ, ਮੈਂ ਤੇਰੇ ਦਰ ਦਾ ਝਾੜੂ ਬਰਦਾਰ, ਤੇਰੀ ਗੱਲ ਸੁਣਾਉਂਦਾ, ਅੱਜ ਮੇਰੀ ਲੱਜਾ ਰੱਖਣੀ ਹੈ, ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੀਦਾ, ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ। ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ, ਉਂਝ ਨਹੀਂ, ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ। ਕੋਈ ਜਪ ਤਪ ਇਤਨਾ ਗਹਿਰਾ ਨਹੀਂ ਜਾਂਦਾ, ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿਤਨੀ ਗਹਿਰੀ ਅਰਦਾਸ ਚਲੀ ਜਾਂਦੀ। ਸ਼ਾਇਦ ਇਸੇ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੋਂ ਲਾਜ਼ਮੀ ਕਰਨੀ ਹੈ, ਅਰਦਾਸ ਦੇ ਸ਼ਾਮਿਲ ਹੋਣਾ ਹੈ। ਅੰਦਰੋਂ ਅਰਦਾਸ ਨਿਕਲੀ ਮੈਂ ਕਿ ਮਹਾਰਾਜ ਉਹ ਛੜੀ ਜ਼ਰਾ ਇੱਧਰ ਵੀ ਫੇਰ ਦੇ, ਆਪਣੇ ਕੋਲ ਜਵਾਬ ਨਹੀਂ ਹੈ, ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ, ਤੇਰੇ ਦਰ ਦਾ ਝਾੜੂ ਬਰਦਾਰ ਤੇ ਸਾਬਤ ਹੋ ਗਿਆ ਝੂਠ ਬੋਲਦਾ, ਗਲਤ ਬਿਆਨ ਨਹੀਂ ਕਰਦਾ। ਯਕੀਨ ਜਾਣੋ ਮੈਂ ਪਹਿਲੀ ਦਫਾ ਦੇਖਿਆ ਅਰਦਾਸ ਕਬੂਲ ਹੋਈ। ਇਕਬਾਲ ਨੇ ਕਿਸੇ ਵਕਤ ਕਿਹਾ ਸੀ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਮੈਂ ਉਹਨਾਂ ਨੂੰ ਗਰਜ ਕੇ ਆਖਿਆ, ਮੈਂ ਦੋਵੇਂ ਜੋ ਆਖਿਆ ਠੀਕ ਆਖਿਆ, ਉਦੋਂ ਵੀ ਠੀਕ ਆਖਿਆ, ਅਸੀਂ ਹੁਣ ਵੀ ਠੀਕ ਆਖਿਆ। ਮੈਂ ਕਿਹਾ ਮੈਂ ਉਦੋਂ ਵੀ ਸਹੀ ਆਖਿਆ ਸੀ, ਹੁਣ ਵੀ ਸਹੀ ਆਖਿਆ। ਕਹਿਣਗੇ ਇਹ ਕਿਸ ਤਰ੍ਹਾਂ ਹੋ ਸਕਦਾ? ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ, ਇਹਨੂੰ ਮੰਨ ਲੈ, ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਕਿਹਾ ਇਸ ਤਰ੍ਹਾਂ ਹੈ, ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ, ਐਸਾ ਹੋਣਾ ਹੀ ਸੀ, ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ, ਹੋਣਾ ਹੀ ਸੀ। ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅੱਗ ਰੱਖ ਦਿੱਤੀ, ਮੈਂ ਸਾ ਸਮਝਦਾ ਹੋਣਾ ਹੀ ਸੀ, ਪਰ ਮੇਰੇ ਮੂੰਹੋਂ ਚੀਖ ਨਿਕਲ ਗਈ, ਨਿਕਲਣੀ ਸੀ। ਮੈਂ ਫਿਰ ਦੁਹਰਾਵਾਂ ਜੋ ਮੈਂ ਉਦਾਹਰਣ ਦਿੱਤਾ, ਵੀ ਮੇਰੇ ਰਸਤੇ 'ਚ ਕਿਸੇ ਨੇ ਅੱਗ ਵਿਛਾ ਦਿੱਤੀ, ਮੈਂ ਮੰਨਦਾ ਐਸਾ ਹੋਣਾ ਹੀ ਸੀ, ਮੈਨੂੰ ਚੱਲਣੀ ਸੀ। ਸਹੀ ਗੱਲ ਗਿਆਨੀ ਜੀ, ਪਰ ਅੱਗ ਤੇ ਚੱਲਦਿਆਂ ਮੂੰਹੋਂ ਚੀਖ ਨਿਕਲ ਗਈ, ਨਿਕਲਣੀ ਸੀ, ਹੋਣਾ ਹੀ ਸੀ, ਜੋ ਹੋ ਗਿਆ ਇਹ ਹੋਣਾ ਹੀ ਸੀ, ਮੈਂ ਮੰਨਦਾ, ਪਰ ਰੋਸ ਪੈਦਾ ਹੋ ਗਿਆ,
ਇਹ ਨਿਕਲਣਾ ਹੀ ਸੀ, ਰੋਸ ਹੋਣਾ ਹੀ ਸੀ, ਇਹਨੂੰ ਵੀ ਹੁਕਮ ਮੰਨ ਲਓ। ਮੈਂ ਉਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲਓ, ਜੋ ਹੁਣ ਮੈਂ ਆਖਿਆ ਇਹਨੂੰ ਵੀ ਹੁਕਮ ਮੰਨ ਲਓ। ਪਹਿਰਾਂ ਥੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ, ਮੈਂ ਫਿਰ ਦੁਹਰਾ ਦਿਆਂ, ਮੈਂ ਸਮਝਦਾ ਇਹ ਅੱਗ ਰੱਖਣੀ ਸੀ ਕਿਸੇ ਨੇ, ਇਹ ਅੱਗ ਪੈਣੀ ਸੀ, ਐਸਾ ਹੋਣਾ ਹੀ ਸੀ, ਪਰ ਮੂੰਹੋਂ ਚੀਖ ਨਿਕਲ ਗਈ ਨਿਕਲਣੀ ਸੀ, ਰੋਸ ਨਿਕਲ ਗਿਆ ਨਿਕਲਣਾ ਹੀ ਸੀ। ਹੱਸਦਿਆਂ ਮੈਨੂੰ ਕਹਿਣ ਲੱਗਿਆ ਸੀ ਤੇ ਸੰਗਲ ਲੈ ਕੇ ਆਏ ਸੀ ਤੁਹਾਨੂੰ ਫਸਾਉਣ ਲਈ, ਤੁਸੀਂ ਤੇ ਤੋੜ ਦਿੱਤੇ। ਮੈਂ ਕਿਹਾ ਮੈਂ ਦੋਵੇਂ ਵਕਤ ਠੀਕ ਆਖਿਆ ਸੀ, ਰੋਸ ਨਿਕਲ ਗਿਆ ਨਿਕਲ ਜਾਂਦਾ, ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ। ਇਹ ਤੇ ਐਸਾ ਹੈ, ਜੇ ਕਿਸੇ ਦਾ ਜਬਰ ਹੋਣਾ ਸੀ ਹੋਣਾ ਹੀ ਸੀ, ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ, ਪਰ ਰੋਸ ਪੈਦਾ ਹੋ ਗਿਆ ਔਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਣੇ ਸਨ, ਇਹ ਵੀ ਇੱਕ ਹੁਕਮ। ਉਹ ਹੱਸਦੇ ਹੋਏ ਚਲੇ ਗਏ, ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ, ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ, ਗੱਲ ਬਣ ਗਈ, ਜੋ ਹੋਆ ਉਹ ਵਤਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਤੱਤੀ ਤਵੀ ਤੇ ਬੈਠਣਾ ਸੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਉਹ ਕਹਿੰਦੇ ਨੇ ਹੁਕਮ, ਪਰ ਛੇਵੇਂ ਰੂਪ ਨੇ ਤਲਵਾਰ ਖਿੱਚ ਲਈ ਹੁਕਮ, ਐਸਾ ਵੀ ਹੋਣਾ ਸੀ, ਛੇਵੇਂ ਗੁਰੂ ਨਾਨਕ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ, ਇਹ ਵੀ ਇੱਕ ਹੁਕਮ। ਇਹ ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਹੋਇਆ, ਉਹਨੇ ਛੇਵੇਂ ਪਾਤਸ਼ਾਹ ਨੂੰ ਪਕੜ ਕੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਸੀ। ਇਹ ਨਹੀਂ ਕਬੂਲ ਆਉਂਦਾ ਸਤਾਧਾਰੀ ਨੂੰ। ਵੀਰੋ, ਅੱਜ ਦੀ ਕਥਾ ਜ਼ਿੰਦਗੀ ਚੇਂਜ ਕਰਨ ਵਾਲੀ ਕਥਾ ਹੈ ਕਿ ਸੰਤ ਮਸਕੀਨ ਜੀ ਨੇ ਅਰਦਾਸ ਅੱਲਾ ਮੀਆਂ ਅੱਗੇ ਜਿਹੜੀ ਸੀ ਫਰਿਆਦ ਕਰਨੇ ਆ, ਦੁਆ ਕਰਨੇ ਆ, ਉਹਦੀ ਅਹਿਮੀਅਤ ਦੱਸੀ ਹੈ ਅਤੇ ਆਪਣੀ ਜ਼ਿੰਦਗੀ ਦਾ ਵਾਕਿਆ ਦੱਸਿਆ ਵੈ ਕਿ ਕਿਸ ਤਰ੍ਹਾਂ ਮੁਸੀਬਤ 'ਚ ਫਸਿਆ ਅਤੇ ਅੱਲਾ ਰੱਬ ਵਾਲੀ ਦੀ ਜ਼ਾਤ ਨੇ ਮੈਨੂੰ ਕੱਢਿਆ। ਦੋਸਤੋ, ਦੁਨੀਆ 'ਤੇ ਜੋ ਕੁਛ ਵੀ ਹੁੰਦਾ ਵੈ ਇਹ ਅੱਲਾ ਰੱਬੁਲ ਇੱਜ਼ਤ ਦੀ ਮਰਜ਼ੀ ਨਾਲ ਹੁੰਦਾ ਵੈ, ਕੋਈ ਐਸਾ ਕੰਮ ਨਹੀਂ ਹੈ ਕਿ ਜਿਹੜਾ ਅਸੀਂ ਕਹੀਏ ਕਿ ਅਸੀਂ ਆਪ ਕਰ ਲਵਾਂਗੇ। ਅਗਰ ਸਾਨੂੰ ਇੱਜ਼ਤ ਮਿਲਦੀ ਹੈ, ਅਗਰ ਸਾਨੂੰ ਸ਼ੋਹਰਤ ਕਾਮਯਾਬੀ ਮਿਲਦੀ ਹੈ, ਇਹ ਅੱਲਾ ਪਾਕ ਦੀ ਸਾਡੇ 'ਤੇ ਮਿਹਰਬਾਨੀ ਹੁੰਦੀ ਹੈ, ਉਹਦਾ ਸਾਡੇ 'ਤੇ ਕਰਮ ਹੁੰਦਾ ਵੈ। ਨਹੀਂ ਤਾਂ ਇਨਸਾਨ ਇਸ ਕਾਬਲ ਨਹੀਂ ਹੈਗਾ ਕਿ ਉਹ ਕੁਛ ਕਰ ਸਕੇ, ਕੋਈ ਕਾਮਯਾਬੀ, ਕੋਈ ਉੱਚਾ ਵੱਡਾ ਅਹੁਦਾ ਜਾਂ ਕਿਸੇ ਵੀ ਜਗ੍ਹਾ 'ਤੇ ਜਾ ਸਕੇ। ਇਹ ਉਹਦੀ ਹੀ ਮਿਹਰ ਸਾਡੇ 'ਤੇ ਹੁੰਦੀ ਹੈ ਅਤੇ ਕੜੀਆਂ ਨਾਲ ਕੜੀਆਂ ਮਿਲਦੀਆਂ ਵੈ, ਹਰ ਚੀਜ਼ ਸਾਡੀ ਸਿੱਧੀ ਹੁੰਦੀ ਜਾਂਦੀ ਹੈ। ਤੁਸੀਂ ਦੋਸਤੋ ਅਕਸਰ ਦੇਖਿਆ ਹੋਣਾ ਵੈ ਕਿ ਕੋਈ ਕੰਮ ਤੁਹਾਡੀ ਪਹੁੰਚ ਤੋਂ ਬਾਹਰ ਹੁੰਦਾ ਵੈ, ਤੁਸੀਂ ਸੋਚਦੇ ਯਾਰ ਨਹੀਂ ਮੈਂ ਨਹੀਂ ਕਰ ਸਕਦਾ, ਬੜਾ ਮੁਸ਼ਕਿਲ ਕੰਮ ਹੈ, ਬੜਾ ਔਖਾ ਕੰਮ ਹੈ, ਮੇਰੇ ਤੋਂ ਭਾਰਾ ਵੈ। ਲੇਕਿਨ ਐਸੇ ਫਿਰ ਕੁੰਡਿਆਂ ਨਾਲ ਕੁੰਡੀਆਂ ਮਿਲਦੀਆਂ ਵੈ, ਕੋਈ ਇੱਧਰੋਂ ਬੰਦਾ ਆ ਜਾਂਦਾ, ਕੋਈ ਇੱਧਰੋਂ ਆਸਰਾ ਦੇ ਦਿੰਦਾ ਕਿ ਸਾਡਾ ਉਹ ਕੰਮ ਹੋ ਜਾਂਦਾ ਵੈ। ਇਹ ਅੱਲਾ ਰੱਬੁਲ ਇੱਜ਼ਤ ਦੀ ਮਰਜ਼ੀ ਹੁੰਦੀ ਹੈ, ਇਹ ਉਹਦੀ ਹੀ ਚਾਹਤ ਹੁੰਦੀ ਹੈ। ਅਤੇ ਇਸ ਕਰਕੇ ਵੀਰੋ ਅਰਦਾਸ ਕਿ ਮੁਸ਼ਕਿਲ ਟਾਈਮ ਦੇ ਵਿੱਚ ਆਪਣੇ ਖੁਦਾ ਦੇ ਨਾਲ ਰਾਬਤਾ ਜੋੜ ਕੇ ਰੱਖੋ। ਇਹ ਨਹੀਂ ਮੁਸ਼ਕਿਲ ਵਕਤ ਵਿੱਚ ਜਦੋਂ ਕੰਮ ਪੈ ਗਿਆ ਤਾਂ ਅੱਲਾ ਮੀਆਂ ਕੇ ਦੁਆਵਾਂ ਕਰਨ ਲੱਗ ਪਏ, ਜਦੋਂ ਨਹੀਂ ਹੈ ਉਦੋਂ ਵੀ ਉਹਨੂੰ ਯਾਦ ਕਰੋ, ਉਹਦੀ ਫਰਮਾ ਬਰਦਾਰੀ ਕਰੋ, ਉਹਦੇ ਅੱਗੇ ਰੋ ਰੋ ਕੇ ਦੁਆਵਾਂ ਕਰੋ, ਕਿਉਂਕਿ ਸਾਰਾ ਕੁਛ ਅਤਾ ਕਰਨੇ ਵਾਲਾ, ਹਰ ਚੀਜ਼ ਦੇਣ ਵਾਲਾ ਉਹੀ ਤਾਕਤ ਹੈ, ਉਹੀ ਪਰਵਰਦੀਗਾਰ ਹੈ। ਵੀਰੋ, ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਮੇਰੇ ਨਾਲ ਵਾਅਦਾ ਕਰੋ ਕਿ ਅੱਜ ਤੋਂ ਬਾਅਦ ਤੁਸੀਂ ਜਿਹੜੀ ਅਰਦਾਸ ਹੈ ਉਹ ਕਰਨੀ ਨਹੀਂ ਛੱਡੋਗੇ, ਬਿਲਕੁਲ ਪੱਕੀ ਅਤੇ ਸੱਚੀ ਅਰਦਾਸ ਕਰੋਗੇ ਅੱਲਾ ਮੀਆਂ ਦੀ ਜ਼ਾਤ ਦੇ ਅੱਗੇ। ਆਪਣੀ ਰਾਏ ਦਾ ਇਜ਼ਹਾਰ ਵੀਰੋ ਲਾਜ਼ਮੀ ਕਰਨਾ, ਆਪਣਾ ਢੇਰ ਸਾਰਾ ਖਿਆਲ ਰੱਖਣਾ, ਦੁਆਵਾਂ ਯਾਦ ਰੱਖਣਾ। ਅੱਲਾ ਹਾਫਿਜ਼।